ਕੀ ਫੈਸਲਾ ਕੀ ਹੋਇਆ ਹੈ? ਨਾਮ ਦੱਸ ਦਿਓ ਆਪਣਾ। ਮੇਰਾ ਨਾਮ ਸੰਦੀਪ ਕੁਮਾਰ ਹੈ ਜੀ, ਮੈਂ ਵਾਰਡ ਨੰਬਰ 26 ਤੋਂ ਬਤੌਰ ਕੌਂਸਲਰ ਹਾਂ ਜੀ। ਕੀ ਹੋਇਆ ਕਿ ਅੱਜ ਇਹ ਪਾਰਕਿੰਗ ਦੇ ਮੁੱਦੇ ਦੇ ਉੱਤੇ ਕਈ ਐਮਸੀ ਭਰਾਵਾਂ ਨੇ ਵਪਾਰੀ ਵਰਗ ਦਾ ਸਾਥ ਦਿੱਤਾ, ਜ਼ਿਆਦਾ ਮੈਕਸੀਮਮ ਐਮਸੀ ਵਰਗ ਜਿਹੜੇ ਸਾਡੇ ਸੀਗੇ ਉੱਥੇ, ਭਰਾ ਜਿੰਨੇ ਹਾਜ਼ਰ ਸੀਗੇ ਉਹਨਾਂ ਸਾਰਿਆਂ ਨੇ ਵਪਾਰੀਆਂ ਦੇ ਹੱਕ ਦੇ ਵਿੱਚ ਕਿਹਾ ਵੀ ਯਾਰ ਵਪਾਰੀਆਂ ਦਾ ਜਿਹੜਾ ਮੁੱਦਾ ਹੈ ਵੀ ਉਹ ਬਹੁਤ ਵਧੀਆ। ਮੈਂ ਇੱਥੋਂ ਤੱਕ ਵੀ ਕਹਿਣਾ ਪਿਆ ਮੈਨੂੰ ਵੀ ਕਮਿਸ਼ਨਰ ਸਾਹਿਬ ਤੁਸੀਂ ਬਹੁਤ ਇੰਟੈਲੀਜੈਂਟ ਹੋ, ਸਾਡੇ ਬਠਿੰਡੇ ਸ਼ਹਿਰ 'ਚ ਤੁਹਾਡੇ ਰਾਜ ਦੇ ਵਿੱਚ ਅਰਾਜਕਤਾ ਫੈਲ ਗਈ ਵੀ ਲੋਕ 15 ਅਗਸਤ ਵਾਲੇ ਦਿਨ ਵੀ ਧਰਨਾ ਲਾਉਣਾ ਪੈ ਗਿਆ ਲੋਕਾਂ ਨੂੰ, ਲੋਕ ਇੰਨੇ ਦੁਖੀ ਨੇ ਵੀ ਇਹ ਤੁਹਾਡੇ ਲਈ ਆਪਣੇ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਅਸੀਂ ਉਹਦੇ ਵਿੱਚ ਅਸੀਂ ਐਮਸੀ ਵੀ ਸਾਨੂੰ ਸ਼ਰਮ ਦੀ ਮਹਿਸੂਸ ਹੋ ਰਿਹਾ ਵੀ ਸਾਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ। ਉਹ ਕਹਿੰਦੇ ਵੀ ਇਹ ਵਪਾਰੀਆਂ ਨਾਲ ਅਸੀਂ ਬੈਠ ਕੇ ਇਹਦੀ ਮੀਟਿੰਗਾਂ ਹੋਈਆਂ, ਬਕਾਇਦਾ ਸਾਡੀ ਵੀਡੀਓਗ੍ਰਾਫੀ ਹੋਈ ਹੈ, ਵਪਾਰੀ ਉਹਦੇ ਵਿੱਚ ਬੈਠੇ ਆ, ਉਹਨਾਂ ਨੇ ਬੈਠ ਕੇ ਮੀਟਿੰਗਾਂ ਕਰਵਾਈਆਂ ਸੀਗੀਆਂ, ਉਦੋਂ ਬੈਠ ਕੇ ਫੈਸਲਾ ਹੋਇਆ ਸੀਗਾ। ਅਸੀਂ ਉਹ ਸੀ, ਮੈਂ ਵਪਾਰੀਆਂ ਨੂੰ ਵੀ ਕਹਿੰਦਾ ਵੀ ਤੁਸੀਂ ਉਹ ਵਪਾਰ ਮੰਡਲ ਜਿਹੜੇ ਬੰਦਿਆਂ ਨੇ ਮੀਟਿੰਗਾਂ ਕੀਤੀਆਂ ਤੁਸੀਂ ਉਹਨਾਂ ਨੂੰ ਵੀ ਘੱਟੋ ਘੱਟ ਪਤਾ ਤਾਂ ਲੱਗੇ ਉਹਨਾਂ ਲੋਕਾਂ ਦਾ ਵੀ ਕਿਹੜੇ ਬੰਦੇ ਉਹ ਫੈਸਲਾ ਕਰਵਾ ਗਏ। ਹਾਂ, ਉਹਨਾਂ ਬੰਦਿਆਂ ਨੂੰ ਓਪਨ ਲੈ ਕੇ ਆਓ, ਜਾਂ ਇਹਨਾਂ ਦੀ ਵੀਡੀਓ ਦੇਖੀਏ ਆਪਾਂ ਕਮਿਸ਼ਨਰ ਸਾਹਿਬ ਦੀ ਵੀ ਜਿਹੜੀ ਇਹਨਾਂ ਨੇ ਵੀਡੀਓ ਬਣਾ ਜਿਹੜੀ ਇਹਨਾਂ ਕੋਲ ਵੀਡੀਓਗ੍ਰਾਫੀ ਹੈਗੀ ਹੈ ਆਪਾਂ ਵੀਡੀਓ ਦੇਖੀਏ। ਕਹਿੰਦੇ ਜੀ ਹੁਣ ਇਹਨਾਂ ਨੇ 3-4 ਪ੍ਰਪੋਜ਼ਲਾਂ ਬਣਾਈਆਂ ਵੀ ਇੱਕ ਤਾਂ ਪ੍ਰਪੋਜ਼ਲ ਇਹ ਬਣਾਈ ਹੈ ਵੀ ਠੇਕੇਦਾਰ ਦੀ ਟੋ ਵੈਨ ਹੋਵੇ, ਠੇਕੇਦਾਰ ਚਲਾਵੇ, ਠੀਕ ਹੈ ਜੀ, ਤਾਂ ਟਿਕਟ ਸਾਡਾ ਕਾਰਪੋਰੇਸ਼ਨ ਦਾ ਮੁਲਾਜ਼ਮ ਕੱਟੇ। ਕੁਛ ਬੰਦਿਆਂ ਨੇ ਕਿਹਾ ਵੀ ਸਾਰੀ ਦੀ ਸਾਰੀ ਵੀ ਗੱਡੀ ਵੀ ਸਾਡਾ ਕਾਰਪੋਰੇਸ਼ਨ ਦਾ ਮੁਲਾਜ਼ਮ ਚਲਾਊਗਾ, ਕੈਮਰੇ ਉਹਦੇ 'ਤੇ ਲੱਗੇ ਹੋਣਗੇ, ਅਨਾਊਂਸਮੈਂਟ ਵੀ ਸਾਡੇ ਬੰਦੇ ਕਰਨਗੇ, ਟਿਕਟ ਵੀ ਸਾਡੇ ਬੰਦੇ ਕੱਟਣਗੇ। ਇਹ ਕੁਛ ਚੀਜ਼ਾਂ ਦੇ ਸੁਝਾਅ ਲਿਖ ਲਏ ਉਹਨਾਂ ਨੇ, ਉਹਦਾ ਜਿਵੇਂ ਫੈਸਲਾ ਹੋਊਗਾ ਉਹ 1-2 ਦਿਨਾਂ ਦੇ ਵਿੱਚ ਸਾਡੀ ਪ੍ਰੋਸੀਡਿੰਗ 'ਚ ਆਜੂਗਾ, ਅਸੀਂ ਓਪਨ ਦਿਖਾ ਦਾਂਗੇ। ਆਲਮੋਸਟ ਸਹਿਮਤੀ ਨਹੀਂ ਸੀਗੀ, ਉਹ ਚਾਹੁੰਦੇ ਸੀ ਵੀ ਵਪਾਰੀ ਵਰਗ ਨੂੰ ਸਹਿਯੋਗ ਮਿਲਣਾ ਚਾਹੀਦਾ, ਵਪਾਰੀ ਵਰਗ ਸੌਖਾ ਹੋਣਾ ਚਾਹੀਦਾ, ਜਿਹੜੀ ਸਾਡੀ ਅਰਾਜਕਤਾ ਫੈਲੀ ਪਈ ਹੈ, ਸਾਡਾ ਆਪਸ ਦੇ ਵਿੱਚ ਭਾਈਚਾਰਾ ਖਤਮ ਹੋਇਆ ਪਿਆ, ਉਹ ਬਹਾਲ ਹੋਣਾ ਚਾਹੀਦਾ। ਇਹ ਸਾਡੇ ਐਮਸੀ ਭਰਾਵਾਂ ਦੀ ਬਹੁਤ ਵੱਡੀ ਉੱਥੇ ਮੰਗ ਕੀਤੀ। ਹੰਗਾਮਾ, ਪਹਿਲੀ ਗੱਲ ਤਾਂ ਜੀ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਵੀ ਤੁਹਾਡੇ, ਮੈਂ ਚੈਨਲ ਦੇ ਸਾਰੇ ਭਰਾਵਾਂ ਦੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਗੋਲਮੋਲ ਕਰਨੇ ਸੀਗੇ ਏਜੰਡੇ, ਇਸ ਕਰਕੇ ਮੀਡੀਆ ਨੂੰ ਇਹਨਾਂ ਨੇ ਪਹਿਲਾਂ ਬਾਹਰ ਕੱਢਤਾ ਜੀ, ਪਾਰਦਰਸ਼ਕਾਂ ਨਹੀਂ ਸੀ, ਇਹਨਾਂ ਨੂੰ ਐਂ ਸੀ ਵੀ ਮੀਡੀਆ ਨੂੰ ਬਾਹਰ ਕੱਢੀਏ ਵੀ ਯਾਰ ਮੀਡੀਆ ਕਿਤੇ ਸਾਡੀ ਖਬਰਾਂ ਨੂੰ ਲਾਈਵ ਨਾ ਪਾ ਦੇ। ਅੱਜ ਤੱਕ ਤਾਂ ਜਿੰਨੀਆਂ 3 ਸਾਲਾਂ ਦੀਆਂ ਹਾਊਸ ਦੀਆਂ ਮੀਟਿੰਗਾਂ ਹੋਈਆਂ ਇਸ ਗੱਲ ਦੀ ਲੜਾਈ ਰਹੀ ਹੈ ਵੀ ਮੀਡੀਆ ਨੂੰ ਅਸੀਂ ਹਾਊਸ ਦੇ ਵਿੱਚ ਰੱਖਣਾ। ਅੱਜ ਇਹਨਾਂ ਨੂੰ ਪਤਾ ਨਹੀਂ ਕਿਉਂ ਇਹਨਾਂ ਨੇ ਕੀ ਗੋਲਮੋਲ ਏਜੰਡੇ ਕਰਾਉਣੇ ਸੀ, ਕੀ ਕਰਾਉਣਾ ਸੀ ਮੈਨੂੰ ਨਹੀਂ ਸਮਝ ਆਈ। ਨਹੀਂ ਅੱਜ ਦੇਖੋ ਜੀ ਸਾਡੇ ਸਾਰੇ 44-45 ਐਮਸੀ ਆਏ ਸੀਗੇ, ਹਾਜ਼ਰੀ ਮੰਨੋ ਤਾਂ 45 ਐਮਸੀਆਂ ਦੀ ਹੈਗੀ, 44 ਜਾਂ 45 ਦੀ, ਸਾਰੇ ਐਮਸੀਆਂ ਨੇ ਜੀ ਮੀਡੀਆ ਕਰਮਚਾਰੀਆਂ ਦੇ ਹੱਕ ਦੇ ਵਿੱਚ, ਮੀਡੀਆ ਭਰਾਵਾਂ ਦੇ ਸਾਡੇ ਹੱਕ ਦੇ ਵਿੱਚ ਖੜੇ ਹੋ ਕੇ ਜੀ ਉਹਨਾਂ ਦੇ ਵਿਰੋਧਤਾ ਕੀਤੀ ਹੈ। ਚਲੋ ਅਸੀਂ ਇਹ ਨਹੀਂ ਕਰਾ ਸਕੇ ਵੀ ਅਸੀਂ ਤੁਹਾਨੂੰ ਦੁਬਾਰਾ ਅਸੀਂ ਐਂਟਰ ਨਹੀਂ ਕਰਾ ਸਕੇ ਕਿਉਂਕਿ ਮਜੋਰਟੀ ਜਿਹੜੀ ਹੈ ਜੀ ਉਹ ਕਿਸੇ ਹੋਰ ਗਰੁੱਪ ਕੋਲ ਹੈ, ਸਾਡਾ ਗਰੁੱਪ ਅੱਜ ਉਹਨਾਂ ਕੋਲ ਮਜੋਰਟੀ ਨਹੀਂ ਹੈਗੀ, ਪਰ ਐਮਸੀ 44 ਦੇ 44 ਤੁਹਾਡੇ ਨਾਲ ਸੀਗੇ, ਠੀਕ ਹੈ ਜੀ। ਇਹ ਕਿਉਂ ਕਾਰਜਕਾਰੀ ਜਿਹੜਾ ਮੇਅਰ ਸੀ ਸਾਡਾ, ਕਿਉਂ ਸਾਡਾ ਡਿਪਟੀ ਮੇਅਰ ਸੀਗਾ, ਕਿਉਂ ਸਾਡਾ ਕਮਿਸ਼ਨਰ ਸੀ ਵੀ ਜਿਹੜਾ ਮੀਡੀਆ ਨੂੰ ਬਾਹਰ ਭੇਜਣਾ ਚਾਹੁੰਦਾ ਸੀ, ਇਹ ਕਾਰਨ ਮੈਨੂੰ ਸਮਝ ਨਹੀਂ ਆਇਆ। ਨਹੀਂ ਜੀ, ਮੇਅਰ ਚੁਣਨ ਵਾਸਤੇ ਕੋਈ ਡਿਸਕਸ਼ਨ ਨਹੀਂ ਹੋਈ, ਮੇਅਰ ਦਾ ਹਰੇ ਉਹਦੇ ਬਾਰੇ ਕੋਈ ਡਿਸਕਸ਼ਨ ਨਹੀਂ, ਮੇਅਰ ਦੀਆਂ ਪਾਵਰਾਂ, ਮੇਅਰ ਦੀ ਤਨਖਾਹ ਵਧਾਉਣ ਵਾਸਤੇ ਜਿਹੜਾ ਕਾਰਜਕਾਰੀ ਮੇਅਰ ਹੈ ਉਹਦੀ ਤਨਖਾਹ ਵਧਾਉਣ ਵਾਸਤੇ, ਆਪਦੀ ਤਨਖਾਹ ਵਧਾਉਣ ਵਾਸਤੇ, ਠੀਕ ਹੈ ਜੀ, ਪਲੱਸ ਆਪਦੇ 15,000 ਰੁਪਏ ਦੇ ਭੱਤੇ ਵਧਾਉਣ ਵਾਸਤੇ ਉਹ ਏਜੰਡੇ ਦੇ ਵਿੱਚ ਜ਼ਰੂਰ ਪਾਏ ਗਏ, ਉਹ ਏਜੰਡਾ ਜ਼ਰੂਰ ਪਾਇਆ ਗਿਆ ਵੀ ਸਾਡੀ ਤਨਖਾਹ ਵਾਜੇ, ਠੀਕ ਹੈ ਜੀ, ਕਾਰਜਕਾਰੀ ਮੇਅਰ ਵੱਲੋਂ। ਅਸੀਂ ਲੋਕਾਂ ਨੇ ਇਤਰਾਜ਼ ਵੀ ਕੀਤਾ, ਠੀਕ ਹੈ ਵੀ ਇਹ ਤੁਸੀਂ ਯਾਰ ਤਾਂ ਮੇਅਰ ਹੀ ਨਹੀਂ ਬਣਿਆ, ਤੂੰ ਜਦੋਂ ਬਣ ਜਾਏਗਾ ਤੈਨੂੰ ਮਿਲ ਜਾਣਗੀਆਂ ਪਾਵਰਾਂ। ਤੈਨੂੰ ਉਹ ਕਹਿੰਦੇ ਜੀ ਕੁਛ ਐਮਸੀ ਭਰਾ ਉਹਦੇ ਨਾਲ ਸੀਗੇ,
ਉਹਨਾਂ ਨੇ ਸਾਡੀ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਵੀ ਯਾਰ ਨਹੀਂ ਯਾਰ ਇਹਦਾ ਤੇਲ ਫੁੱਕਦਾ ਜੀ, ਇਹ ਗੱਡੀ ਆਏ ਆ ਜੀ, ਇਹਨੂੰ 15,000 ਰੁਪਏ ਭੱਤਾ ਮਿਲਣਾ ਚਾਹੀਦਾ, ਇਹਨੂੰ 250-300 ਲੀਟਰ ਤੇਲ ਮਿਲਣਾ ਚਾਹੀਦਾ, ਵੀ ਇਹ ਜੀ ਹੁਣ ਕਾਰਜਕਾਰੀ ਮੇਅਰ ਹੈ ਜੀ। ਸ਼ਹਿਰ ਦੀ ਡਿਵੈਲਪਮੈਂਟ ਬਾਰੇ ਤਾਂ ਬਹੁਤ ਵਧੀਆ ਏਜੰਡੇ ਸੀਗੇ ਤੇ ਕੁਛ ਸਾਡੇ ਐਮਸੀਆਂ ਦੇ ਬਗੈਰ ਪੁੱਛੇ ਉਹਨਾਂ ਨੇ ਸਾਡੇ ਵਾਰਡਾਂ ਦੇ ਵਿੱਚ ਐਸਟੀਮੇਟ ਨਹੀਂ ਬਣਵਾਈ ਸੀ, ਉਹ ਉਹਨਾਂ ਨੂੰ ਕਹਿਤਾ ਵੀ ਜਿਹੜੇ ਸਾਂਝੇ ਮੁੱਦੇ ਨੇ ਉਹ ਤੁਸੀਂ ਪਾਸ ਕਰ ਲਓ, ਜਿਹੜੇ ਬਾਕੀ ਸਾਡੇ ਐਮਸੀ ਭਰਾਵਾਂ ਨੂੰ ਬੁਲਾ ਕੇ ਉਹਨਾਂ ਦੇ ਏਜੰਡੇ ਬਣਾ ਕੇ ਉਹਨਾਂ ਦੇ ਵੀ ਵਿੱਚ ਪਾਓ, ਨਹੀਂ ਤਾਂ ਕੰਦਲੇ ਨੂੰ ਪੈਂਡਿੰਗ ਰੱਖ ਦਿਓ। ਵਪਾਰੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ, ਮੈਂ ਤਾਂ ਇੱਥੋਂ ਤੱਕ ਵੀ ਮੈਨੂੰ ਕਹਿਣਾ ਪਿਆ ਕਮਿਸ਼ਨਰ ਸਾਹਿਬ ਨੂੰ ਵੀ ਕਮਿਸ਼ਨਰ ਸਾਹਿਬ ਉਸ ਬੰਦੇ ਨੂੰ ਮੈਂ ਸਲੂਟ ਕਰਦਾ ਜਿਸ ਬੰਦੇ ਨੇ ਇਹ ਸਾਡਾ ਇਹ ਬਣਵਾਈ ਹੈ, ਪ੍ਰਪੋਜ਼ਲ ਬਣਾਈ ਹੈ। ਮੈਨੂੰ ਇਹ ਕਹਿਣੀ ਪਈ ਹਾਊਸ ਦੇ ਵਿੱਚ ਵੀ ਬੜੇ ਸ਼ਾਨਦਾਰ ਬੰਦੇ ਨੇ ਬਣਵਾਈ ਹੈ, ਉਸ ਬੰਦੇ ਨੂੰ ਸਲੂਟ ਸਰਟੀਫਿਕੇਟ ਦੇਣਾ ਬਣਦਾ ਵੀ ਠੇਕੇਦਾਰ ਦੀ ਬੈਨੀਫਿਟ ਵਾਸਤੇ ਤੁਸੀਂ ਇਹ ਏਜੰਡਾ ਬਣਾਇਆ, ਮੈਨੂੰ ਕਹਿਣਾ ਪਿਆ ਜੀ ਇਹ ਗੱਲ। ਹਾਲੇ ਇਹਨਾਂ ਜੀ ਕੁਛ ਕਲੀਅਰ ਨਹੀਂ ਕੀਤਾ ਇਹਨਾਂ ਨੇ ਵੀ ਇਹ ਕਿਸ ਰੂਲ ਰੈਗੂਲੇਸ਼ਨ ਨਾਲ ਕਿਵੇਂ ਚਲਾਉਣਾ ਹੈਗਾ। ਇਹਨਾਂ ਨੇ ਕੋਈ ਆਪਦੀ 5 ਮੈਂਬਰਾਂ ਦੀ ਕਮੇਟੀ ਵੀ ਬਣਾਈ ਹੈ ਜਿਹਦੇ ਵਿੱਚ ਐਮਸੀ ਸਾਹਿਬਾਨ ਲਿਤੇ ਹੈਗੇ ਆ, ਨਾਲ ਇਹ ਕਹਿ ਰਹੇ ਹੈਗੇ ਵੀ ਕੁਛ ਅਸੀਂ ਵਪਾਰੀ ਵੀ ਜਿਹੜੇ ਉਹਦੇ ਵਿੱਚ ਲਵਾਂਗੇ ਉਸ ਕਮੇਟੀ ਦੇ ਵਿੱਚ, ਫਿਰ ਅਸੀਂ ਫਰਦਰ ਫੈਸਲਾ ਕਰਾਂਗੇ। ਲੇਕਿਨ ਇੱਕ ਦੋ ਰੂਲ ਰੈਗੂਲੇਸ਼ਨ ਦੀ ਇਹਨਾਂ ਤੋਂ ਕੋਈ ਗੱਲ ਪੁੱਛੀ ਸੀਗੀ ਵੀ ਜਿਹੜਾ ਕੋਈ ਫੁੱਟਪਾਥਾਂ ਜਿਨ੍ਹਾਂ ਦਾ ਪਲਿੰਥ ਲੈਵਲ ਨਹੀਂ ਹੈਗਾ ਉਹਦੇ ਵਾਸਤੇ ਤੁਸੀਂ ਕੀ ਬਣਾਇਆ ਜਾਂ ਕੀ ਕੀਤਾ ਹੈਗਾ, ਉਹਦੇ ਵਾਸਤੇ ਵੀ ਉਹ ਕਹਿੰਦੇ ਹਾਲੇ ਅਸੀਂ ਕੋਈ ਤਿਆਰੀ ਨਹੀਂ ਕੀਤੀ, ਮਤਲਬ ਉਹ ਖੁੱਲ੍ਹ ਕੇ ਹੀ ਨਹੀਂ ਦੱਸ ਪਾ ਰਹੇ ਹਾਲੇ ਸਾਨੂੰ ਵੀ ਉਹ ਕੀ ਕੀਤਾ। ਪਰ ਇੱਕ ਹੈਰਾਨੀ ਵਾਲੀ ਗੱਲ ਇਹ ਹੈਗੀ ਹੈ ਵੀ ਪਹਿਲਾਂ ਤਾਂ ਜਿਹੜਾ ਇਹਨਾਂ ਦਾ 0 ਆਰਸ ਦੇ ਉੱਤੇ ਅੱਡ ਅੱਡ ਜਿਹੜੀ ਇੱਕ ਜਨਰਲ ਹਾਊਸ ਦੇ ਵਿੱਚ ਹਰ ਇੱਕ ਜਿਹੜਾ ਐਮਸੀ ਹੁੰਦਾ ਹੈ ਉਹ ਆਪਦੇ ਵਾਰਡ ਦੀ ਸਮੱਸਿਆ ਦੱਸਦਾ ਹੁੰਦਾ, ਅਤੇ ਉਹਦੇ ਉੱਤੇ 3 ਵਜੇ ਤੱਕ ਡਿਸਕਸ਼ਨ ਹੋਇਆ। ਆਫਟਰ ਲੰਚ ਜਿਹੜਾ ਹੈਗਾ ਬਾਕੀ ਏਜੰਡੇ ਜਿਹੜੇ ਸੀਗੇ ਉਹ ਡਿਸਕਸ਼ਨ ਹੋ ਲਏ ਸੀ, ਅਤੇ ਸਭ ਤੋਂ ਪਹਿਲਾਂ ਜਿਹੜਾ ਏਜੰਡਾ ਸੀਗਾ ਉਹ ਪਾਰਕਿੰਗ ਵਾਲਾ ਉਹਦੇ ਉੱਤੇ ਡਿਸਕਸ ਹੋਇਆ ਹੈਗਾ। ਲੇਕਿਨ ਇੰਨੀ ਦੇਰ ਲਗਾਤਾਰ ਹੋਣ ਦੇ ਬਾਵਜੂਦ ਵੀ ਬਾਹਰ ਆ ਕੇ ਉਹ ਕੁਛ ਸਪਸ਼ਟ ਨਹੀਂ ਕਰ ਪਾ ਰਹੇ। ਲੱਗਦਾ ਨਹੀਂ ਸੁਣ ਲਈ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਵਪਾਰੀਆਂ ਨਾਲ ਇਹਨਾਂ ਨੇ? ਨਹੀਂ ਉਹ ਕਹਿ ਰਹੇ ਹੈ, ਕਹਿੰਦੇ ਅਸੀਂ ਮੀਟਿੰਗ ਕਰਕੇ ਤੁਹਾਡੇ ਤੋਂ ਪ੍ਰਪੋਜ਼ਲ ਲੈ ਕੇ ਉਸ ਤੋਂ ਬਾਅਦ ਹੀ ਕੁਛ ਕਰਾਂਗੇ, ਹਲੇ ਉਹ ਇਹੀ ਗੱਲ ਕਹਿ ਰਹੇ ਹੈ। ਬਸ ਆਹੀ ਭਰੋਸਾ ਦੇ ਕੇ ਗਏ ਜੀ, ਹਲੇ ਉਹ ਕਹਿੰਦੇ ਵੀ 2-3 ਦਿਨਾਂ ਦੇ ਵਿੱਚ ਜੋ ਵੀ ਫਾਈਨਲ ਹੋਊਗਾ ਉਹ ਸਾਨੂੰ ਦੱਸ ਦੇਣਗੇ, ਹਲੇ ਤਾਂ ਉਹਨਾਂ ਨੂੰ ਆਪ ਨੂੰ ਵੀ ਨਹੀਂ ਕੁਛ ਫਾਈਨਲ ਹੋਇਆ, ਕਹਿੰਦੇ ਅੱਡ ਅੱਡ ਤਰ੍ਹਾਂ ਦੇ ਪ੍ਰਪੋਜ਼ਲ ਆਏ ਸੀਗੇ ਤੇ ਉਹ ਦੇਖਦੇ ਹਾਂ ਫਿਰ ਇਹ ਕੀ ਲੈ ਕੇ ਆਉਂਦੇ ਹੈਗੇ ਜੀ। ਬਸ ਇੱਕ ਗੱਲ ਦਾ ਜ਼ਰੂਰ ਸੀਗਾ ਸਾਨੂੰ ਵੀ ਠੇਕੇਦਾਰ ਦਾ ਜਿਹੜਾ ਕਹਿੰਦੇ ਠੇਕੇਦਾਰ ਦੇ ਅੰਡਰ ਇਹ ਸਾਰਾ ਕੁਛ ਚੱਲੂਗਾ, ਹੋਰ ਹੋਊਗਾ, ਜਿਹੜੀ ਪਾਰਕਿੰਗ ਵਗੈਰਾ ਹੈਗੀ ਸਾਨੂੰ ਵੀ ਕੋਈ ਸਮੱਸਿਆ ਨਹੀਂ। ਪਰ ਇੱਕ ਗੱਲ ਜ਼ਰੂਰ ਸੀਗੀ ਵੀ 1.5 ਸਾਲ ਤੋਂ ਉਸਨੇ ਜਿਹੜੇ ਨਿਯਮ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਕਿ ਅੱਜ ਉਹ ਡਿਸਕਸ ਕੀਤਾ ਇਹਨਾਂ ਨੇ, ਇਹ ਵੱਡੀ ਗੱਲ ਹੈ। ਅਸੀਂ ਮੀਡੀਆ ਨੂੰ ਵੀ ਅਸੀਂ ਇਹ ਬੇਨਤੀ ਕਰਨਾ ਚਾਹਾਂਗੇ ਵੀ ਤੁਸੀਂ ਬੜੇ ਵਧੀਆ ਸਵਾਲ ਲੋਕਾਂ ਵਾਸਤੇ ਹਮੇਸ਼ਾ ਸਾਡਾ ਵੀ ਤੁਸੀਂ ਸਾਥ ਦਿੱਤਾ ਹੈਗਾ, ਤਾਂ ਇਹ ਗੱਲ ਵੀ ਇਹਨਾਂ ਨੂੰ ਜ਼ਰੂਰ ਪੁੱਛਿਓ ਵੀ ਜਿਹੜਾ ਹੁਣ ਇਹ ਸਾਰਾ ਖੁਲਾਸਾ ਹੋ ਚੁੱਕਿਆ ਹੈਗਾ ਇਸ ਚੀਜ਼ ਦਾ ਵੀ ਜਿਹੜਾ ਇਹਨਾਂ ਨੇ ਕੋਈ ਟਰਮਸ ਐਂਡ ਕੰਡੀਸ਼ਨਾਂ ਹੀ ਨਹੀਂ ਪੂਰੀਆਂ ਕੀਤੀਆਂ ਸੀਗੀਆਂ, ਜਿਹੜੇ ਕੋਈ ਸੀਸੀਟੀਵੀ ਕੈਮਰੇ ਪਾਰਕਿੰਗ ਸਲੋਟਾਂ 'ਤੇ ਲੱਗਣੇ ਸੀਗੇ ਜਾਂ ਆਪਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਸੀ, ਅਤੇ ਤੁਸੀਂ ਕੀ ਉਹਦੇ ਵਾਸਤੇ ਕੋਈ ਇਸ ਨੂੰ ਨੋਟਿਸ ਕੱਟਿਆ ਲੀਗਲੀ ਤੌਰ ਦੇ ਉੱਤੇ? ਕਿਉਂਕਿ ਠੇਕਾ ਟਰਮੀਨੇਟ ਹੁੰਦਾ ਜੀ ਸਿੱਧੇ ਤੌਰ 'ਤੇ ਜਦੋਂ ਟਰਮ ਐਂਡ ਕੰਡੀਸ਼ਨ ਨਹੀਂ ਪੂਰੀ ਹੁੰਦੀ, ਉਹਨੂੰ 1.5 ਸਾਲ ਹੋ ਗਿਆ, ਸਿੰਗਲ ਇਹਨੇ ਬੋਰਡ ਨਹੀਂ ਲਾਇਆ, ਇੰਨੇ ਕਰੋੜਾਂ ਰੁਪਏ ਲੁੱਟ ਲਏ ਇਹਨੇ ਲੋਕਾਂ ਤੋਂ, ਵੀ ਕੀ ਅੱਜ ਹਾਊਸ ਦੇ ਵਿੱਚ ਕਿਸੇ ਵੀ ਯੋਧੇ ਨੇ ਇਹ ਗੱਲ ਮੁੱਦਾ ਚੱਕਿਆ? ਨਹੀਂ ਨਹੀਂ ਹਾਲੇ ਤਾਂ ਉਹਨਾਂ ਨੂੰ ਆਪਦੇ ਉੱਤੇ ਭਰੋਸਾ ਨਹੀਂ ਵੀ ਕੀ ਬਣਿਆ ਕੀ ਨਹੀਂ ਬਣਿਆ, ਸਾਡਾ ਭਰੋਸਾ ਕੀ ਬਣਾਉਣਗੇ? ਪਰ ਇੱਕ ਗੱਲ ਕਲੀਅਰ ਹੋ ਗਈ, ਜਿੰਨੇ ਵੀ ਕੌਂਸਲਰ ਆ ਰਹੇ ਆ ਇਹ ਗੱਲ ਕਲੀਅਰ ਹੋ ਗਈ, 50 ਦੇ ਵਿੱਚ 49 ਦੇ ਵਿੱਚ ਜਿੰਨੇ ਵੀ ਮਤਲਬ ਉੱਥੇ ਹਾਜ਼ਰ ਸੀਗੇ ਕਿਸੇ ਨੇ ਇਹ ਗੱਲ ਨਹੀਂ ਚੱਕੀ ਵੀ ਜਿਹੜਾ ਇਹਦੇ ਉੱਤੇ ਆਪਾਂ ਹਾਲੇ ਤੱਕ ਨੋਟਿਸ ਕਿਉਂ ਨਹੀਂ ਭੇਜਿਆ ਠੇਕੇਦਾਰ ਨੂੰ, ਕੀ ਕਾਰਨ ਹੈ ਕਿ ਬਿਨਾਂ ਨਿਯਮ ਸ਼ਰਤਾਂ ਦੇ ਉਹ ਇੰਨੀਆਂ ਧੱਜੀਆਂ ਉਡਾ ਕੇ ਲੋਕਾਂ ਨੂੰ ਇੰਨਾ ਦੁਖੀ ਕਰਕੇ ਉਹ ਪੈਸੇ ਇਕੱਠੇ ਕਰਨ 'ਤੇ ਲੱਗਿਆ ਗਿਆ, ਅਤੇ ਆਪਾਂ ਫਿਰ ਵੀ ਉਸਨੂੰ ਠੇਕਾ ਰੱਦ ਕਰਨ ਵਾਸਤੇ ਕੋਈ ਵੀ ਨੋਟਿਸ ਕਿਉਂ ਨਹੀਂ ਭੇਜਿਆ? ਇਹ ਮੈਨੂੰ ਲੱਗਦਾ ਅੱਜ ਕਿਸੇ ਨੇ ਵੀ ਨਹੀਂ ਸ਼ਾਇਦ ਕੌਂਸਲਰ ਨੇ ਉੱਥੇ ਆਵਾਜ਼ ਚੱਕੀ। ਉਹਦੇ ਵਾਸਤੇ ਤਾਂ ਦੇਖੋ ਜੀ ਸਾਰਿਆਂ ਦੀ ਅੱਖਾਂ ਪੂੰਝ ਦਿੱਤੀਆਂ ਗਈਆਂ, ਸਰੇਆਮ ਝੂਠ ਮਾਰ ਕੇ ਏਜੰਡਾ ਨੰਬਰ 20 ਦੇ ਵਿੱਚ ਲਿਖਿਆ ਗਿਆ ਕਿ ਮੈਨੂਅਲ ਪਰਚੀ ਦੀ ਜਿਹੜੀ ਸ਼ਿਕਾਇਤ ਆਈ ਸੀ
19/8/2024 ਨੂੰ ਠੇਕੇਦਾਰ ਨੂੰ ਅਸੀਂ ਉਹਦੇ ਤੇ 5000 ਰੁਪਏ ਜੁਰਮਾਨਾ ਕਰਤਾ। ਲੇਕਿਨ ਮੈਨੂਅਲ ਪਰਚੀਆਂ ਦੀਆਂ ਕੰਪਲੇਂਟਾਂ ਦਾ ਪਹਿਲਾਂ ਵੀ ਬਹੁਤ ਗਈਆਂ ਹੈਗੀਆਂ, ਉਹਦੇ ਉੱਤੇ ਕੁਝ ਨਹੀਂ ਕੀਤਾ। ਉਹ ਕਹਿ ਰਹੇ ਸੀ ਵੀ ਠੇਕੇਦਾਰ ਦੇ ਖਿਲਾਫ ਹੋਰ ਕੋਈ ਕੰਪਲੇਂਟ ਹੀ ਨਹੀਂ ਆਈ। 6 ਕੰਪਲੇਂਟਾਂ ਦਾ ਅਸੀਂ ਸਾਰੀਆਂ ਮੀਡੀਆ ਨੂੰ ਵੀ ਭੇਜਤੀਆਂ ਅਤੇ ਅਸੀਂ ਡੀ ਸੀ ਸਾਹਿਬ ਨੂੰ ਵੀ ਲਿਖਤੀ ਤੌਰ 'ਤੇ ਜਾਏ। ਮਤਲਬ 6 ਕੰਪਲੇਂਟਾਂ ਤੋਂ ਇਲਾਵਾ ਵੀ ਹੋਰ ਲੋਕਾਂ ਨੇ ਬਹੁਤ ਜ਼ਿਆਦਾ ਔਨਲਾਈਨ ਅਤੇ ਆਫਲਾਈਨ ਇਹਨਾਂ ਨੂੰ ਕੰਪਲੇਂਟਸ ਕੀਤੀਆਂ। ਜਦੋਂ ਇਹ ਕੰਪਲੇਂਟਸ ਉਸਦੀ ਇਹ ਦਿਖਾਉਣਾ ਹੀ ਨਹੀਂ ਚਾਹੁੰਦਾ ਕਾਰਪੋਰੇਸ਼ਨ ਦੇ ਵਿੱਚ ਕਿਹੜਾ ਕਿਹੜਾ ਨਾਲ ਮਿਲਿਆ ਹੋਇਆ ਹੈਗਾ। ਇਸ ਚੀਜ਼ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਉਸਨੂੰ ਨੋਟਿਸ ਕਿਉਂ ਨਹੀਂ ਭੇਜਿਆ ਗਿਆ ਹਾਲੇ ਤੱਕ? ਇੱਕ ਠੇਕੇਦਾਰ ਨੇ ਕੋਈ ਟਰਮ ਐਂਡ ਕੰਡੀਸ਼ਨ ਪੂਰੀ ਨਹੀਂ ਕੀਤੀ। ਸਰ, ਜਿੰਨੇ ਵੀ ਐਮਸੀਆਰ ਹੈ ਸਾਰੇ ਕਹਿ ਰਹੇ ਅਸੀਂ ਵਪਾਰੀਆਂ ਨਾਲ, ਆਮ ਬੰਦੀ ਨਾਲ ਖੜੇ ਹਾਂ, ਅਸੀਂ ਉਹਨਾਂ ਦੇ ਹੱਕ 'ਚ ਫੈਸਲਾ ਕੀਤਾ, ਤੁਸੀਂ ਕਹਿੰਦੇ ਉਹ ਕੁਝ ਪ੍ਰੈਸ਼ਰ ਦੇ ਵਿੱਚ ਲੱਗ ਰਹੇ ਸੀਗੇ ਜੀ ਸਾਨੂੰ। ਹੁਣ ਉਹ ਪ੍ਰੈਸ਼ਰ ਕਿਸ ਚੀਜ਼ ਦਾ ਹੈਗਾ? ਇਹ ਸ਼ਾਇਦ ਕੋਈ ਵਿਜੀਲੈਂਸ ਦੀ ਜਾਂਚ ਲੱਗ ਜੇ ਨਾ ਪ੍ਰੋਪਰ ਇਹ ਸਾਰੇ ਫੰਡੇ ਦੇ ਉੱਤੇ, ਤਾਂ ਕਲੀਅਰ ਹੋ ਜੇ ਵੀ ਉਹ ਕਿਹੜੇ ਪ੍ਰੈਸ਼ਰ ਦੇ ਵਿੱਚ ਆ। ਤੁਸੀਂ ਸਵਾਲ ਦੀ ਗੱਲ ਕੀਤੀ ਹੈਗੀ, ਕਿਸੇ ਯੋਧਾ ਨੇ ਨਹੀਂ ਚੱਕਿਆ ਗਾ, ਪਰ ਮੀਡੀਆ ਨੂੰ ਤਾਂ ਅੰਦਰ ਕਵਰੇਜ ਕਰਨ ਵਾਸਤੇ ਜਾਣ ਨਹੀਂ ਦਿੱਤਾ। ਬਾਹਰ ਆ ਕੇ ਜਿਹੜੇ ਕੋਈ ਐਮਸੀ ਸਾਹਿਬ ਆ ਰਹੇ ਆ, ਮਾੜਾ ਜਿਹਾ ਇੱਕ ਮਿਲਿਆ ਸੀਨੀਅਰ ਡਿਪਟੀ ਮੇਅਰ ਸਾਹਿਬ ਹੈ, ਮਾੜਾ ਜਿਹਾ ਡਿਪਟੀ ਮੇਅਰ ਸਾਹਿਬ ਨੂੰ ਪੁੱਛਿਓ, ਮਾੜਾ ਜਿਹਾ ਸਵਾਲ ਪੁੱਛਿਆ ਸੀਗਾ ਕਾਈਂਡਲੀ, ਉਹ ਨਿਕਲ ਜਾਣਗੇ ਗੱਡੀ 'ਤੇ।